ਮੈਂ ਕੰਪੈਕਸ ਦੇ ਕਮਿਸ਼ਨਰ ਦੀ ਨੌਕਰੀ ਛੱਡ ਕੇ ਮੈਂ ਰਾਜਨੀਤੀ ਚਾਹੀਂ ਸੇਵਾ ਵਾਸਤੇ ਇਹ ਵਿਧਾਨ ਸਭਾ ਜਿਹੜੀ ਹੈ ਇੱਥੋਂ ਮੈਂ ਚੋਣ ਲੜ ਲਾਂ ਜੀ ਕਹਿੰਦੇ ਹਾਂ ਲੜ ਲਓ ਜੀ ਮੈਨੂੰ ਵੀ ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਰਵਲ ਪਾਰਟੀ ਵਾਸਤੇ ਬੈਠੇ ਹੋਏ 2014 ਚ ਮੇਰੀ ਨੌਕਰੀ ਵੀ ਚਲੀ ਗਈ ਤੇ ਮੇਰੀ ਟਿਕਟ ਵੀ ਚਲੀ ਗਈ ਕਾਰਕਟਰ ਸਾਡੇ ਇੱਥੇ ਬੈਠੇ ਹੋਏ ਨੇ ਤੇ ਮੇਰੇ ਸਾਹਮਣੇ ਬੈਠੇ ਹੋਏ ਮਾਨ ਸਨਮਾਨ ਦੇ ਯੋਗ ਮੇਰੇ ਬੜੇ ਬਜ਼ੁਰਗੋ ਮੇਰੀ ਮਾਤਾਵੋ ਪੈਣਾ ਤੇ ਪਿਆਰੇ ਵੀਰੋ ਐਵੇਂ ਲੱਗਦਾ ਹੈ ਵੀ ਜਿਵੇਂ ਇੱਕ ਹੁੰਦੀ ਹੈ ਨਾ ਜਦੋਂ ਮੈਂ 2014 ਚ ਅਫਸਰ ਸੀ ਤੇ ਇਨਕਮ ਟੈਕਸ ਦੇ ਕਮਿਸ਼ਨਰ ਦੀ ਨੌਕਰੀ ਛੱਡ ਕੇ ਮੈਂ ਰਾਜਨੀਤੀ ਚਾਈ ਸੇਵਾ ਵਾਸਤੇ ਤੇ ਜਦੋਂ ਉਸ ਟਾਈਮ ਕੋਈ ਵੀ ਅਫਸਰ ਜਿਹੜਾ ਉਹਦੀ ਵਿਦਾਈ ਹੁੰਦੀ ਸੀ ਨਾ ਤੇ ਆਪਾਂ ਫੇਅਰਵੈਲ ਪਾਰਟੀ ਕਰਦੇ ਸੀ ਮੈਨੂੰ ਵੀ ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਅਰਵੈਲ ਪਾਰਟੀ ਵਾਸਤੇ ਬੈਠੇ ਹੋਏ ਤੇ 5 ਸਾਲ ਤੱਕ 2014 ਚ ਨੌਕਰੀ ਛੱਡ ਕੇ ਇਨਕਮ ਟੈਕਸ ਕਮਿਸ਼ਨਰ ਦੀ ਮੈਂ ਰਾਜਨੀਤੀ ਚਾਈ ਤੇ ਉਸ ਟਾਈਮ ਮੈਨੂੰ ਯਾਦ ਹੈ ਕਿ ਮੈਨੂੰ ਸਾਡੇ ਸ਼ੀਰਸ਼ ਨੇਤਰਤਵ ਨੇ ਕਹਿਤਾ ਸੀ ਕਿ 2014 ਚ ਤੁਸੀਂ ਜਿਹੜਾ ਸਿਰਸਾ ਤੋਂ ਚੋਣ ਲੜਨਾ ਹੈ ਮੈਂ ਕਿਹਾ ਠੀਕ ਹੈ ਜੀ ਮੈਨੂੰ ਤਾਂ ਕੁਝ ਪਤਾ ਨਹੀਂ ਸੀ ਰਾਜਨੀਤੀ ਚ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਰुण ਜੇਟਲੀ ਜੀ ਨੂੰ ਮਿਲ ਕੇ ਆਓ ਪੈਣ ਸੁਸ਼ਮਾ ਸਵਰਾਜ ਜੀ ਨੂੰ ਮਿਲ ਕੇ ਆਓ ਤੇ ਆਪਣੇ ਜਿਹੜੇ ਸਿਰਸਾ ਦੇ ਆਗੂ ਨੇ ਆਪਣੇ ਜਗਦੀਸ਼ ਚੋਪੜਾ ਜੀ ਉਹਨਾਂ ਨੂੰ ਮਿਲੋ ਤੇ ਆਪਣੇ ਆਦਰਣੀਆਂ ਗਣੇਸ਼ੀ ਲਾਲ ਜੀ ਉਹਨਾਂ ਨੂੰ ਮਿਲੋ ਮੈਂ ਸਾਰਿਆਂ ਨੂੰ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਕਹਿ ਕੇ ਤੁਸੀਂ ਮਨੋਹਰ ਲਾਲ ਜੀ ਨੂੰ ਵੀ ਮਿਲੋ ਤਾਂ ਮੈਨੂੰ ਯਾਦ ਹੈ ਕਿ ਰੋहतक ਦੇ ਆਪਣੇ ਜਿਹੜੇ ਪੂਰੋ ਵਿੱਚ ਮੰਤਰੀ ਹੁੰਦੇ ਸੀ ਮਨੀਸ਼ ਗਰੋਵਰ ਜੀ ਉਹਨਾਂ ਦੇ ਘਰ ਮੈਂ ਗਈ ਤੇ ਉੱਥੇ ਪਹਿਲੀ ਵਾਰ ਮੈਂ ਸਾਡੇ ਆਦਰਣੀਆਂ ਮਨੋਹਰ ਲਾਲ ਜੀ ਨੂੰ ਮਿਲੀ ਮਨੋਹਰ ਲਾਲ ਜੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਤਾਂ ਅਫਸਰ ਸੀ ਤੁਸੀਂ ਕਿਵੇਂ ਰਾਜਨੀਤੀ ਜਾ ਰਹੇ ਹੋ ਮੈਂ ਕਹਾ ਜੀ ਮੈਨੂੰ ਸ਼ੀਸ਼ ਨੇਤਰ ਤਵ ਨੇ ਵਿਸ਼ਵਾਸ ਦਿਲਾਇਆ ਕਿ ਸਿਰਸਾ ਤੋਂ ਤੁਹਾਨੂੰ ਟਿਕਟ ਦੇਵਾਂਗੇ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਦਮਨ ਥਾਮ ਕੇ ਉੱਥੋਂ ਚੋਣ ਲੜੋ ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਰਾਜਨੀਤੀ 'ਚ ਐਵੇਂ ਹੀ ਹੁੰਦਾ ਤੁਸੀਂ ਵੇਖ ਲਓ ਕਦੇ-ਕਦੇ ਨੌਕਰੀ ਵੀ ਚਲੀ ਜਾਂਦੀ ਹੈ ਤੇ ਟਿਕਟ ਵੀ ਚਲੀ ਜਾਂਦੀ ਹੈ ਉਹੀ ਗੱਲ ਬਣੀ ਮੇਰੇ ਨਾਲ 2014 'ਚ ਮੇਰੀ ਨੌਕਰੀ ਵੀ ਚਲੀ ਗਈ ਤੇ ਮੇਰੀ ਟਿਕਟ ਵੀ ਚਲੀ ਗਈ ਤੇ ਉਦੋਂ ਬਾਅਦ ਫਿਰ ਮੈਨੂੰ ਕਹਿ ਗਿਆ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ 90 ਜਿਹੜੀ ਵੀ ਆਪਣੀ ਵਿਧਾਨ ਸਭਾ ਉਹਨੇ ਉੱਥੇ ਤੁਸੀਂ ਜਿੱਥੇ ਵੀ ਹੱਥ ਰੱਖੋਗੇ ਉਤੋਂ ਤੁਹਾਨੂੰ ਵਿਧਾਨ ਸਭਾ ਦਾ ਚੋਣ ਲੜਾਵਾਗੇ ਮੈਂ ਕਹਾਂ ਠੀਕ ਹੈ ਜੀ ਮੈਂ ਕਹਾਂ ਜੀ ਉਹ ਫਲਾਣੀ ਫਲਾਣੀ ਜਿਹੜੀ ਹੈ ਵਿਧਾਨ ਸਭਾ ਉਹ ਮੇਰੇ ਘਰ ਦੇ ਨਜ਼ਦੀਕ ਹੈ ਮੈਂ ਸੇਵਾ ਵਾਸਤੇ ਰਾਜਨੀਤੀ ਚਾਹੀਆਂ ਭਈ ਮੈਂ ਕੰਮ ਤੋਂ ਕੰਮ ਕਦੇ ਕਿਸੇ ਨੂੰ ਕੋਈ ਦੁੱਖ ਹੋਏ ਤਕਲੀਫ ਹੋਏ ਅੱਧੇ ਘੰਟੇ 'ਚ ਮੈਂ ਉੱਥੇ ਪਹੁੰਚ ਜਾਵਾਂ ਐ ਵਿਧਾਨ ਸਭਾ ਜਿਹੜੀ ਹੈ ਇੱਥੋਂ ਮੈਂ ਚੋਣ ਲੜ ਲਾਂ ਜੀ ਕਹਿੰਦੇ ਹਾਂ ਲੜ ਲਓ ਜੀ ਤੁਸੀਂ ਮੈਂ ਉੱਥੇ ਘੱਟੋ ਘੱਟ ਵੀ 2-3 ਮਹੀਨੇ ਬਹੁਤ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਤੇ ਜਦੋਂ ਇਹ ਟਿਕਟ ਦੀ ਗੱਲ ਆਈ ਤੇ ਉਹ ਕਹਿੰਦੇ ਉੱਥੋਂ ਦੇ ਜਿਹੜੇ ਸਾਂਸਦ ਸੀ ਕਹਿੰਦੇ ਨਾ ਜੀ ਇੱਥਾਂ ਤਾਂ ਚੋਣਵ ਤੁਸੀਂ ਨਹੀਂ ਲੜ ਸਕਦੇ ਮੈਂ ਕਹਾ ਜੀ ਹੁਣ ਕੀ ਹੋਇਆ ਕਹਿੰਦੇ ਨਹੀਂ ਜੀ ਤੁਸੀਂ ਕੋਈ ਹੋਰ ਵਿਧਾਨ ਸਭਾ ਵੇਖੋ ਤਾਂ ਫਿਰ ਮੈਂ ਕਹਾ ਜੀ ਹੁਣ ਕੀ ਕਰੀਏ ਉਹ ਕਹਿੰਦੇ ਜੀ ਤੁਸੀਂ ਕੁੰਮ ਦੇ ਕੁੰਮ ਦੇ ਕੁੰਮ ਦੇ ਕੁੰਮ ਦੇ ਪੂਰਾ ਹਰਿਆਣਾ ਕੁੰਮ ਕੇ ਉਹਨਾਂ ਗੱਗਾ ਜੀ ਸਿਰਸਾ ਜਿਹੜੀ ਹੈ ਨਾ ਉਹ ਆਪਣੇ ਅਲਾਈਅੰਸ ਚ ਚਲੀ ਗਈ ਸੀ ਤਾਂ ਹੁਣ ਉੱਥੇ ਜਿਹੜੀ ਹੈ ਨਾ ਰਤਿਆ ਵਿਧਾਨ ਸਭਾ ਹੈ ਉੱਥੋਂ ਜਾ ਕੇ ਤੁਸੀਂ ਲੜ ਲਓ ਮੈਂ ਕਿਹਾ ਠੀਕ ਹੈ ਜੀ ਜਿਹੜੀ ਬਾਬਾ ਦੀ ਮਨਜ਼ੂਰੀ ਹੈ ਤੇ ਮੈਨੂੰ ਬੜੇ ਇਸ ਗੱਲ ਦੀ ਖੁਸ਼ੀ ਹੈ ਕਿ ਸਿਰਫ ਮੈਨੂੰ 15 20 ਦਿਨਾਂ ਦਾ ਟਾਈਮ ਮਿਲਿਆ ਸੀ ਉਸ 15 20 ਦਿਨਾਂ ਦੇ ਟਾਈਮ ਦੇ ਅੰਦਰ ਅੰਦਰ ਇੰਨਾ ਪਿਆਰ ਇੰਨਾ ਸਨੇਹ ਮੈਨੂੰ ਉੱਥੋਂ ਮਿਲਿਆ ਕਿ ਅੱਜ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ 50500 ਵੋਟਾਂ ਮੈਨੂੰ 15 20 ਦਿਨਾਂ ਅਚਰਤਿਆ ਤੋਂ ਮਿਲੀ ਅਜੇ ਮੇਰੇ ਭਾਗੇ 'ਚ ਨਹੀਂ ਸੀ ਐਸ ਕਰਕੇ 435 ਵੋਟਾਂ ਤੋਂ ਮੈਨੂੰ ਲੱਗਦਾ ਪੂਰੇ ਹਰਿਆਣਾ 'ਚ ਸਭ ਤੋਂ ਘੱਟ ਵੋਟਾਂ ਜਿਹੜੀਆਂ ਨੇ ਉਸ ਤੋਂ ਮੈਂ ਉੱਥੇ ਜਿੱਤ ਨਹੀਂ ਸਕੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ ਚੇਅਰਮੈਨ ਬਣਾਇਆ ਉਸ ਤੋਂ ਬਾਅਦ 19 ਜਾ ਕੇ ਮੈਨੂੰ ਟਿਕਟ ਮਿਲੀ ਤੇ ਉਸ ਟਾਈਮ ਵੀ ਮੈਨੂੰ ਯਾਦ ਹੈ ਬੇ ਜਿੰਨਾ ਪਿਆਰ ਤੁਸੀਂ ਸਾਰਿਆਂ ਨੇ ਦਿੱਤਾ ਅੱਜ ਤੋਂ ਪਹਿਲਾਂ ਸਿਰਸਾ ਲੋਕ ਸਭਾ ਦਾ ਕੋਈ ਵੀ ਸੰਸਦ ਐਨੇ ਵੋਟਾਂ ਤੋਂ ਨਹੀਂ ਜਿੱਤਿਆ ਜਿੰਨੇ ਵੋਟਾਂ ਤੋਂ ਤੁਸੀਂ ਮੈਨੂੰ ਵੱਡੀ ਪੰਚਾਇਤ ਭੇਜਿਆ 310000 ਵੋਟਾਂ ਤੋਂ ਜਿਤਾ ਕੇ ਤੁਸੀਂ ਮੈਨੂੰ ਵੱਡੀ ਪੰਚਾਇਤ ਭੇਜਿਆ ਤੇ ਮੈਂ ਵੀ ਆਪਣੀ ਮਿਹਨਤ ਪੂਰੀ ਕੀਤੀ ਜਿੰਨਾ ਮੈਂ ਕਰ ਸਕਦੀ ਸੀ ਤੁਹਾਨੂੰ ਪਤਾ ਹੀ ਹੈ 2 ਸਾਲ ਤੱਕ ਕੋਰੋਨਾ ਚਲੇ ਗਏ ਉਹ ਤੋਂ ਬਾਅਦ ਥੋੜਾ ਅੰਦੋਲਨ ਵਗੈਰਾ ਵੀ ਹੋਇਆ ਇਸ ਕਰਕੇ ਪਰ ਫਿਰ ਵੀ ਪੂਰੀ ਮਿਹਨਤ ਕਰਕੇ ਮੈਂ ਕੰਮ ਕੀਤੀ ਪਰ ਆਪਾਂ ਜਿਹੜਾ ਹੈ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੇਂਦਰ ਵਿੱਚ ਅੱਜ ਮਾਨਜੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦਿਨਾਂ ਦਾ ਡੰਕਾ ਸਾਰੀ ਦੁਨੀਆ 'ਚ ਵੱਜਦਾ ਹੈ ਉਹਨਾਂ ਨੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਜਿੰਨਾ ਕੰਮ ਕੀਤਾ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ ਐਵੇਂ ਹੀ ਸਾਡੇ ਸੰਤ ਸਫੇਦ ਕਪੜਾ ਸਾਡੇ ਸੰਤ ਮਾਨਜੋਗ ਮੁੱਖ ਮੰਤਰੀ ਜੀ ਨੇ ਐਸ ਇਲਾਕੇ ਵਾਸਤੇ ਬਿਨਾ ਕਿਸੇ ਭੇਦ ਪਾਓਗੇ ਜਿੰਨਾ ਕੰਮ ਕੀਤਾ ਹਰਿਆਣਾ ਸਰਕਾਰ ਇਪਿਛਲੇ 10 ਸਾਲਾਂ ਚ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਚਾਹੇ ਆਪਾਂ ਗੱਲ ਕਰੀਏ ਐਸ ਇਲਾਕੇ ਦੇ ਬਾਰੇ ਚ ਜੋ ਵੀ ਕੰਮ ਜੜੇ ਨੇ ਤੁਸੀਂ ਇੱਕ ਵੀ ਕੰਮ ਤੁਸੀਂ ਸੋਚੋ ਮਾਨੇ ਚ ਤਾਂ ਤੁਹਾਨੂੰ ਲੱਗਦਾ ਹੈ ਕਿ ਬਿਨਾ ਕਿਸੇ ਭੇਦ ਪਾਓ ਕੇ ਸਾਡੇ ਮੁੱਖ ਮੰਤਰੀ ਜੀ ਨੇ ਐਸ ਇਲਾਕੇ ਦੇ ਕੰਮ ਕੀਤੇ ਹੁਣ ਦੇਖੋ ਤੁਸੀਂ ਮਾਨਯੋਗ ਮੁੱਖ ਮੰਤਰੀ ਜੇ ਮਾਨਿਤ ਸੀ ਕਿ ਐਸ ਇਲਾਕੇ ਤੋਂ ਚਿੱਟਾ ਖਤਫ ਹੋਣਾ ਚਾਹੀਦਾ ਹੈ ਉਹਨਾਂ ਨੇ ਡੱਬ ਵਾਲੀ ਚ ਨਵਾਂ ਜ਼ਿਲ੍ਹਾ ਬਣਾਇਆ ਹੌਲੇ ਹੌਲੇ ਸਾਰੇ ਇਲਾਕਿਆਂ ਚ ਹੁਣ ਚਿੱਟਾ ਖਤਮ ਹੋ ਰਿਹਾ ਹੈ ਨਸ਼ੇ ਬੰਦੀ ਬਿਲਕੁਲ ਖਤਮ ਹੋ ਰਹੀ ਹੈ ਨਸ਼ਾ ਹੁਣ ਬਿਲਕੁਲ ਖਤਮ ਹੋ ਰਿਹਾ ਹੈ ਮਾਨਜੋਗ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ ਦੀ ਬਦੌਲਤ ਇਹਨਾਂ ਨੇ ਜੋ ਮਿਹਨਤ ਕੀਤੀ ਉਸ ਕਰਕੇ ਸਾਡੇ ਇਲਾਕਿਆਂ ਚ ਚਿੱਟਾ ਬਿਲਕੁਲ ਖਤਮ ਹੋ ਰਿਹਾ ਹੈ ਇਹਦੇ ਨਾਲ ਨਾਲ ਹੋਰ ਵੀ ਆਪਾਂ ਦੱਸੀਏ ਪੋਰਟਲ ਦਾ ਕੰਮ ਪੋਰਟਲ ਦਾ ਕੰਮ ਅੱਜ ਅਗਰ 10 ਸਾਲਾਂ ਚ ਕਿਸੇ ਨੇ ਕੀਤਾ ਮਾਨਜੋਗ ਮੁੱਖ ਮੰਤਰੀ ਜੀ ਨੇ ਅੱਜ ਤੁਸੀਂ ਇੱਕ ਬਟਨ ਦਬਾਓ ਸਾਰੇ ਕੰਮ ਤੁਹਾਡੇ ਪੋਰਟਲ ਤੇ ਹੁੰਦੇ ਨੇ ਚਾਹੇ ਤੁਸੀਂ ਆਯੁਸ਼ਮਾਨ ਯੋਜਨਾ ਦੀ ਗੱਲ ਕਰੋ ਚਾਹੇ ਤੁਸੀਂ ਪਰਿਵਾਰ ਪਹਿਚਾਨ ਪੱਤਰ ਦੀ ਗੱਲ ਕਰੋ ਤੁਹਾਡੇ ਰਾਸ਼ਨ ਦੀ ਗੱਲ ਕਰੋ ਕੋਈ ਵੀ ਕੰਮ ਤੁਹਾਡਾ ਹੈ ਤੁਸੀਂ ਪੋਰਟਲ ਤੇ ਇੱਕ ਬਟਨ ਦਬਾਓ ਉਥੇ ਤੁਹਾਡੇ ਸਾਰੇ ਕੰਮ ਹੁੰਦੇ ਨੇ ਆਜਮਾਨ ਜੋ ਮੁੱਖ ਮੰਤਰੀ ਨੇ ਸਾਡੇ ਸੰਤ ਜਿਹੜੇ ਨੇ ਉਹਨਾਂ ਨੇ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਜੋ ਪੋਰਟਲ ਤੇ ਕੰਮ ਕੀਤੇ ਨੇ આજ ਤੱਕ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤੇ ਤਾਂ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜਾ ਨਿਰਣੇ ਲੀਤਾ ਹੈ ਕਿ ਹੁਣ ਇੱਥੋਂ ਸਾਡੇ ਅਸ਼ੋਕ ਜੀ ਚੋਣ ਲੜਨਗੇ ਮੈਂ ਬਹੁਤ ਬਹੁਤ ਜਿਹੜਾ ਸਰ ਮੱਥੇ ਰੱਖਦੀਆਂ ਉਹਨਾਂ ਦੀ ਇਸ ਇਮਤਿਆਦ ਦਾ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਅਗਰਹਿ ਕਰਦੀਆਂ ਬੇਨਤੀ ਕਰਦੀਆਂ ਕਿ ਤੁਸੀਂ ਇੱਥੋਂ ਸਾਡੇ ਵੀਰ ਅਸ਼ੋਕ ਜੀ ਨੂੰ ਜਿਤਾ ਕੇ ਵੱਧ ਤੋਂ ਵੱਧ ਮੇਰੇ ਤੋਂ ਵੀ ਜ਼ਿਆਦਾ ਵੋਟਾਂ ਪਾ ਕੇ ਵੱਡੀ ਪੰਚਾਇਤ ਭੇਜੋ ਤਾਂ ਕਿ ਆਪਾਂ ਜਿਹੜਾ ਆਪਣੀ ਕੋਸ਼ਿਸ਼ ਹੈ ਜਿਹੜੀ ਆਪਣੀ ਉਮੀਦ ਹੈ ਵੀ ਆਪਾਂ ਅੱਬ ਕੀ ਬਾਰ 400 ਪਾਰ ਜਿਹੜਾ ਉਹ ਨਾਰਾ ਆਪਾਂ ਦਿੱਤਾ ਹੈ ਤਾਂ ਉਹ ਨਾਰਾ ਆਪਾਂ ਪੂਰਾ ਕਰਨਾ ਹੈ ਆਪਾਂ 400 ਦੇ 400 ਕਮਲ ਖਿਲਾਣੇ ਨੇ ਤੇ ਮਾਨਜੋਗ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਣਾ ਹੈ ਸਾਡੀ ਤਾਂ ਹਸਰਤ ਸੀ ਕਿ ਅਸੀਂ ਹਰਿਆਣਾ ਜੀ ਵੀ ਤੀਸਰੀ ਵਾਰ ਮਾਨਜੋਗ ਮੁੱਖ ਮੰਤਰੀ શ્રી ਮਨੋਹਰ ਲਾਲ ਜੀ ਨੂੰ ਬਣਾਉਂਦੇ ਪਰ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਸਾਡੇ ਮੂੰਹੋਂ ਤਾਂ ਅਜੇ ਵੀ ਨਹੀਂ ਕਲਦਾ ਅਜੇ ਵੀ ਆ ਹੀ ਲੱਗਦਾ ਕਿ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ ਤਾਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਆਗਰਹਿ ਕਰਦੀਆਂ ਕਿ ਵੱਧ ਤੋਂ